ਬਹੁਤ ਬਹੁਤ ਧੰਨਵਾਦ ਇਹਨਾਂ ਨੇ ਬੇਨਤੀ ਨੂੰ ਪ੍ਰਵਾਨ ਕੀਤਾ ਹੈ ਉਚੇਚੇ ਤੌਰ ਤੇ ਇਹਨਾਂ ਨੂੰ ਫੋਨ ਕੀਤਾ ਸੋ ਇਹਨਾਂ ਨੇ ਬੇਨਤੀ ਪ੍ਰਵਾਨ ਕੀਤੀ ਸੋ ਇਹ ਅਰਦਾਸ ਹੈ ਗੁਰੂ ਕਿਰਪਾ ਕਰਨ ਜਦੋਂ ਵੀ ਇਹ ਦਿੱਲੀ ਆਣ ਜਾਂ ਜਦੋਂ ਬੇਨਤੀ ਕਰੀਏ ਜ਼ਰੂਰ ਪ੍ਰਵਾਨ ਕਰਨਗੇ ਸੋ ਬਹੁਤ ਬਹੁਤ ਧੰਨਵਾਦ ਉਪਰੰਤ ਬੇਨਤੀਆਂ ਹਨ ਕਿ ਗੁਰੂ ਘਰ ਵਿਖੇ ਬੇਅੰਤ ਕਾਰਜ ਚੱਲ ਰਹੇ ਹਨ ਸੋ ਗੁਰੂ ਕੇ ਲੰਗਰਾਂ ਵਾਸਤੇ ਵੀ ਰੋਜ਼ ਬੇਨਤੀ ਕੀਤੀ ਜਾਂਦੀ ਹੈ ਬਾਹਰ ਜੋ ਗਮਲੇ ਆਪ ਦੇਖ ਰਹੇ ਹੋ ਨਿਸ਼ਾਨ ਸਾਹਿਬ ਦੇ ਲਾਗੇ ਉਹ ਜ਼ਿਆਦਾਤਰ ਮਿੱਟੀ ਦੇ ਹਨ ਬੱਚੇ ਕਈ ਵਾਰ ਸ਼ਰਾਰਤਾਂ ਕਰਕੇ ਤੋੜ ਜਾਂਦੇ ਹਨ ਉਹ ਗਮਲੇ ਸੀਮੈਂਟ ਦੇ ਵੱਡੇ ਮੰਗਾਉਣੇ ਹਨ ਸੋ ਜਿੰਨਾ ਵੀ ਇੱਕ ਗਮਲੇ ਦੀ ਵੀ ਸੇਵਾ ਲੈਣੀ ਹੋਵੇ ਉਹ ਦਫ਼ਤਰ ਵਿੱਚ ਲਿਖਾ ਸਕਦੇ ਹਨ ਅਤੇ ਇਹ ਸੇਵਾ ਲੈ ਸਕਦੇ ਹਨ ਆਓ ਜ਼ਿਆਦਾ ਸਮਾਂ ਲੈਂਦੇ ਨਾ ਲੈਂਦੇ ਹੋਏ ਸਤਿਕਾਰਯੋਗ ਭਾਈ ਸਾਹਿਬ ਜੀ ਪਾਸੋਂ ਸ਼ਬਦ ਅੱਜ ਦੇ ਜੋ ਮਹੀਨਾ ਚੜ੍ਹਿਆ ਹੈ ਫੱਗਣ ਦਾ ਉਸ ਸ਼ਬਦ ਦੀ ਵਿਚਾਰ ਆਪਾਂ ਸਰਵਣ ਕਰੀਏ ਉਸ ਤੋਂ ਪਹਿਲਾਂ ਅੱਜ ਦਾ ਅੰਮ੍ਰਿਤ ਵੇਲੇ ਦਾ ਪਾਵਣ ਮੁਖਵਾਕ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ ਸਾਰੇ ਹੀ ਪਿਆਰ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ ਸੋਏ ਸੁਨੰਦਣੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਅੰਦਰ ਸੱਚਾ ਨਿਆ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇਸ਼ਾਂ ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵੇਸਾਂ ਸਤਨਾਮ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਿਲਾ ਤੀਜਾ ਹਸਤੀ ਸਿਰ ਜਿਉਂ ਅੰਕਸ ਹੈ ਅਹਿਰਣ ਜਿਉਂ ਸਿਰ ਦੇ ਮਨ ਤਨਿਆ ਗੈ ਰਾਖ ਕੈ ਉਬੀ ਸੇਵ ਕਰੇ ਹਸਤੀ ਸਿਰ ਜਿਉਂ ਅੰਕਸ ਹੈ ਅਹਿਰਣ ਜਿਉਂ ਸਿਰ ਦੇ ਮਨ ਤਨਿਆ ਗੈ ਰਾਖ ਕੈ ਉਬੀ ਸੇਵ ਕਰੇ ਇਉਂ ਗੁਰਮੁਖ ਆਪ ਨਿਵਾਰਿਆ ਸਭ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮੁਖ ਬੁਝੀਐ ਜਾਂ ਆਪੇ ਨਦਰ ਕਰੇ ਮਹਿਲਾ ਤੀਜਾ ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪਰਵਾਨਾ ਨਾਨਕ ਕੁਲ ਉਧਾਰ ਹੈ ਆਪਣਾ ਦਰਗਾਹ ਪਾਵੈ ਮਾਣਾ
ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ, ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰਾ ਲਾਈਆਂ, ਜਿੰਨਾ ਗੁਰ ਪਿਆਰਾ ਮਨ ਚੇਤ ਤਿੰਨਾ ਭਾਉ ਗੁਰੂ ਦੇਵਾਈਆਂ, ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿੱਤਾਂ ਪੁੱਤਾਂ ਪਾਈਆਂ, ਗੁਰ ਸਤ ਗੁਰ ਬੋਲੋ ਸਾਂਭ ਗੁਰ ਆਖ ਗੁਰੂ ਜੀਵਾਈਆਂ, ਗੁਰ ਸਤ ਗੁਰ ਬੋਲੋ ਸਭ ਗੁਰ ਆਖ ਗੁਰੂ ਜੀਵਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਧੰਨ ਸੁਵੇਲਾ ਘੜੀ ਧੰਨ, ਧੰਨ ਮੂਰਤ ਪਲ ਸਾਰ, ਧੰਨ ਸੁਦਿਨਸ ਸੰਜੋਗੜਾ ਜਿਤ ਡਿੱਠਾ ਗੁਰਦਰਸਾਰ। ਸਤਨਾਮ ਵਾਹਿਗੁਰੂ ਸਾਹਿਬ ਜੀਆਂ, ਫਲ ਗੁਣੀ ਆਨੰਦ ਉਪਾਰ ਜਨ ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ, ਫਲ ਗੁਣ ਆਨੰਦ ਉਪਾਰ ਜਨ ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ, ਸੇਜ ਸੁਹਾਵੇ ਸਰਬ ਸੁਖ ਹੁਣ ਦੁੱਖਾਂ ਨਾਈ ਜਾਏ, ਇੱਛ ਪੁੰਨੀ ਵੱਡ ਪਾਗਣੀ ਵਰ ਪਾਇਆ ਵਰ ਰਾਏ, ਮਿਲ ਸਈਆਂ ਮੰਗਲ ਗਾਵੇ ਗੀਤ ਗੋਵਿੰਦ ਅਲਾਏ, ਹਰ ਜਿਹਾ ਅਵਰ ਨਾ ਦਿਸਈ ਕੋਈ ਦੂਜਾ ਲਵੈ ਨਾ ਲਾਏ, ਹਲਤ ਪਲਤ ਸਵਾਰਿਆਂ ਨੇ ਚਲ ਦਿੱਤੀਆਂ ਨ ਜਾਏ, ਸੰਸਾਰ ਸਾਗਰ ਤੇ ਰੱਖਿਆਂ ਬਹੁੜ ਨ ਜਨ ਮੈਂ ਤਾਏ, ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ, ਫਲ ਗੁਣ ਨਿਤ ਸਲਾਹੀਐ ਜਿਸ ਨੋ ਤਿਲ ਨਾ ਤਮਾਏ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਖਰੇ,
ਸਰਬ ਸੁਖਾ ਨਿਧ ਚਰਨ ਹਰ ਪਾਉ ਜਲ ਬਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਇ ਜਰੇ ਕੂੜ ਗਏ ਦੁਬਧਾ ਨਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਬਲੇ ਜਿਸ ਕਾ ਨਦਰ ਕਰੇ ਨਾਨਕ ਮੰਗ ਦਰਸ ਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਪਹਿਲੇ ਜਿਸ ਕਾ ਨਦਰ ਕਰੇ ਨਾਨਕ ਮੰਗ ਦਰਸ ਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਸ਼ੋਭਿਤ ਗੁਰੂ ਖਾਲਸਾ ਸਤਸੰਗਤ ਜੀ ਫੱਗਣ ਦੇ ਮਹੀਨੇ ਦੀ ਆਰੰਭਤਾ ਜਿਸਨੂੰ ਕਿ ਪ੍ਰਚਲਿਤ ਸ਼ਬਦਾਂ ਦੇ ਅੰਦਰ ਸੰਗਰਾਂਦ ਦਾ ਦਿਨ ਆਖਦੇ ਹਾਂ। ਅੱਜ ਦਾ ਦਿਨ ਫੱਗਣ ਦੇ ਮਹੀਨੇ ਦੀ ਆਰੰਭਤਾ ਹੋ ਰਹੀ ਹੈ। ਸਤਿਗੁਰੂ ਜੀ ਰਹਿਮਤ ਤੇ ਬਖਸ਼ਿਸ਼ ਕਰਨ, ਜੋ ਮਹੀਨਾ ਆਰੰਭ ਹੋ ਰਿਹਾ ਹੈ, ਆਉਣ ਵਾਲੇ ਦਿਨ ਸੋਹਣੇ ਸੁਹਾਵਣੇ ਖੁਸ਼ੀਆਂ ਅਤੇ ਖੇੜੀਆਂ ਸਹਿਤ ਬਤੀਤ ਕਰਾਉਣ, ਸਾਰਿਆਂ ਨੂੰ ਸਤਿਗੁਰੂ ਚੜ੍ਹਦੀ ਕਲਾ ਅਤੇ ਗੁਰੂ ਦੀ ਬਾਣੀ ਦੇ ਨਾਲ ਪ੍ਰੀਤੀ ਬਣਿਆ ਆਵੇ, ਇਹ ਦਾਤ ਸਾਰਿਆਂ ਦੀ ਝੋਲੀ ਦੇ ਅੰਦਰ ਪਾਵਨ। ਬਾਰਾਂ ਮਹਾਂ ਦਾ ਸ਼ਬਦ ਹੁਣੇ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਜੀ ਦੇ ਕੋਲੋਂ ਸ਼ਰਵਣ ਕੀਤਾ ਹੈ ਹੁਕਮਨਾਮੇ ਦੇ ਰੂਪ ਦੇ ਅੰਦਰ। ਸਤਿਗੁਰੂ ਜੋ ਬਾਹਰ ਦੀਆਂ ਰੁੱਤਾਂ ਹਨ, ਉਸ ਰੁੱਤ ਦੇ ਮੁਤਾਬਕ ਇਸ ਵੇਲੇ ਬਸੰਤ ਦੀ ਰੁੱਤ ਚੱਲ ਰਹੀ ਹੈ ਔਰ ਇੱਥੇ ਇਸ ਸ਼ਬਦ ਦੇ ਨਾਲ ਹੀ
ਬਾਰਾਂ ਮਹਾਂ ਦੀ ਸੰਪੂਰਨਤਾ ਹੈ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਦੇ ਅੰਦਰ ਕਿਹਾ ਕਮਲ ਦੀ ਸੰਪਾਦਨਾ ਕਰਦੇ ਹਨ, ਚੇਤ ਦੇ ਮਹੀਨੇ ਤੋਂ ਆਰੰਭਤਾ ਕਰਦੇ ਹਨ ਬਾਰਾਂ ਮਹਾਂ ਦੀ, ਅਤੇ ਚੇਤ ਦੇ ਮਹੀਨੇ ਤੋਂ ਹੀ ਇਹ ਬਸੰਤ ਰੁੱਤ ਸ਼ੁਰੂ ਹੁੰਦੀ ਹੈ। ਬਹਿਰੂਨੀ ਚੇਤ ਦਾ ਮਹੀਨਾ ਅਤੇ ਬਾਹਰ ਬਸੰਤ ਦੀ ਰੁੱਤ, ਅਤੇ ਬਾਣੀ ਸਾਨੂੰ ਪਰਮਾਰਥ ਦੇ ਨਾਲ ਜੋੜਦੀ ਹੈ, ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜਦੀ ਹੈ। ਤੇਰਾ ਜੀਵਨ ਬਸੰਤ ਤੋਂ ਆਰੰਭ ਹੋਇਆ। ਬਸੰਤ ਦਾ ਭਾਵ ਹੈ ਖੇੜਾ, ਖੁਸ਼ੀ, ਆਨੰਦ, ਪ੍ਰਸੰਨਤਾ, ਨਿਰੰਕਾਰ ਤੋਂ। ਜੀਵਨ ਯਾਤਰਾ ਕਰਦਿਆਂ ਹੋਇਆਂ ਜਿਸ ਤਰ੍ਹਾਂ ਕਿ ਬੱਚੇ ਦਾ ਜਨਮ ਹੁੰਦਾ ਹੈ, ਅਤੇ ਜਨਮ ਤੋਂ ਬਾਅਦ ਜੀਵਨ ਦੀ ਆਰੰਭਤਾ ਤੋਂ ਬਾਅਦ ਬਚਪਨਾ ਆਇਆ, ਯੌਵਨ ਅਵਸਥਾ ਆਈ, ਫਿਰ ਜੀਵਨ ਦੇ ਅੰਦਰ ਇਹ ਤਪਸ਼, ਜਵਾਨੀ ਦਾ ਜੋਸ਼, ਵੈਸਾਖ ਜੇਠ ਹਾੜ ਇਹ ਤਪਸ਼, ਇਸੇ ਤਰ੍ਹਾਂ ਜੀਵਨ ਦੇ ਅੰਦਰ ਜੋਸ਼ ਹੈ। ਤਪਸ਼ ਦੇ ਕਾਰਨ ਇਹ ਜੀਵ ਥੋੜ੍ਹਾ ਪਰੇਸ਼ਾਨ ਵੀ ਹੋਇਆ ਕਿ ਤਪਸ਼ ਬਹੁਤ ਜ਼ਿਆਦਾ ਹੈ, ਇਸ ਤਪਸ਼ ਤੋਂ ਕਿਸ ਤਰ੍ਹਾਂ ਬਚਿਆ ਜਾਵੇ। ਫਿਰ ਉਸ ਨਿਰੰਕਾਰ ਦੇ ਚਰਨਾਂ ਦੇ ਅੰਦਰ ਜੀਵ ਰੂਪੀ ਇਸਤਰੀ ਦੇ ਰੂਪ ਦੇ ਅੰਦਰ ਕੀਤੀ ਗਈ ਬੇਨਤੀ। ਫਿਰ ਨਿਰੰਕਾਰ ਵਾਹਿਗੁਰੂ ਜੀ ਨੇ ਅਮਰ ਦੀ ਫੁਹਾਰ ਉੱਪਰ ਪਾ ਦਿੱਤੀ ਤਾਂ ਕਿ ਇਸ ਦੀ ਤਪਸ਼ ਦੇ ਅੰਦਰ ਕੁਝ ਕਮੀ ਆ ਸਕੇ। ਉਹ ਸੀ ਸਾਵਣ ਦਾ ਮਹੀਨਾ, ਸਾਵਣ ਸਰਸੀ ਕਾਮਣੀ, ਇਹ ਜੀਵ ਰੂਪੀ ਇਸਤਰੀ, ਇਸ ਦਾ ਉਸ ਮਾਲਕ ਦੇ ਨਾਲ ਪਿਆਰ ਬਣ ਗਿਆ ਚਰਨ ਕਮਲ ਸਿਉਂ ਪਿਆਰ। ਜਿਸ ਵੇਲੇ ਫੁਹਾਰ ਪ੍ਰਾਪਤ ਹੋਈ ਅੰਮ੍ਰਿਤ ਦੀ, ਇਹ ਜੀਵ ਰੂਪੀ ਇਸਤਰੀ ਸਰਸੀ ਕਹੀਏ ਖੁਸ਼ ਹੋ ਗਈ। ਜੀਵਨ ਦੀ ਯਾਤਰਾ ਆਰੰਭ ਹੈ, ਫਿਰ ਅੱਗੇ ਕੁਝ ਇਸ ਤਰ੍ਹਾਂ ਦੇ ਮੌਕੇ ਜੀਵਨ ਦੇ ਅੰਦਰ ਆਏ ਜਿਸ ਨੇ ਸਾਨੂੰ ਭਰਮਾਂ ਅਤੇ ਦੁਬਧਾ ਦੇ ਅੰਦਰ ਪਾ ਦਿੱਤਾ। ਉਹ ਸੀ ਭਾਦੋਏ ਭਰਮ ਭੁਲਾਣੀਆਂ। ਜਿਸ ਵੇਲੇ ਇਹ ਸਾਵਣ ਦੇ ਮਹੀਨੇ ਤੋਂ ਬਾਅਦ ਭਾਦਰੋਂ ਦਾ ਮਹੀਨਾ ਆਇਆ, ਭਰਮਾਂ ਦੇ ਅੰਦਰ ਪੈ ਗਏ ਜੀਵ, ਦੁਬਧਾ ਦੇ ਅੰਦਰ ਪੈ ਗਏ, ਫਿਰ ਸਰਦ ਰੁੱਤ ਦੀ ਆਰੰਭਤਾ ਦੇ ਵਾਸਤੇ ਬੇਨਤੀ ਕੀਤੀ, ਮਾਲਕ ਇਸ ਤਪਸ਼ ਤੋਂ ਤੂੰ ਬਚਾਇਆ, ਅੰਮ੍ਰਿਤ ਫੁਹਾਰ ਬਖਸ਼ਿਸ਼ ਕੀਤੀ ਹੈ, ਇਹਨਾਂ ਭਰਮਾਂ ਤੋਂ ਵੀ ਬਚਾ। ਉਸ ਵੇਲੇ ਨਿਰੰਕਾਰ ਨੇ ਫਿਰ ਬਖਸ਼ਿਸ਼ ਕੀਤੀ, ਅਸੂ ਸੁਖੀ ਵਸੰਦੀਆਂ, ਰੁੱਤ ਸਰਦ ਅਡੰਬਰੋ ਅਸੂ ਕਤਕੇ ਹਰ ਪਿਆਸ ਜੀਓ। ਅਡੰਬਰ ਰਚ ਦਿੱਤਾ ਕਿ ਹੁਣ ਜੇ ਤੂੰ ਤਪਸ਼ ਤੋਂ ਬਚਦਿਆਂ ਹੋਇਆਂ ਉਸ ਮਾਲਕ ਦੇ ਨਾਲ ਜੁੜ ਜਾਵੇਂ ਤਾਂ ਫਿਰ ਤੇਰੇ ਵਾਸਤੇ ਜੀਵਨ ਦੇ ਅੰਦਰ ਇਹ ਠੰਡੀ ਸ਼ੀਤਲ ਰੁੱਤ ਆ ਸਕਦੀ ਹੈ। ਅਸੂ ਦਾ ਮਹੀਨਾ, ਕੱਤਕ ਦਾ ਮਹੀਨਾ, ਫਿਰ ਮੱਗਰ ਦਾ ਮਹੀਨਾ ਆ ਗਿਆ ਜਿਸ ਨੂੰ ਕਹਿੰਦੇ ਮੰਘਰ ਬਾਣੀ ਦੇ ਅੰਦਰ, ਮਨ ਦੇ ਅੰਦਰ। ਫਿਰ ਪੋਹ ਅਤੇ ਮਾਘ, ਸ਼ਰਦ ਰੁੱਤ,
ਉਹ ਸ਼ੀਤਲਤਾ ਪ੍ਰਾਪਤ ਹੋਈ ਉਸ ਨਾਮ ਦੀ ਰਹਿਮਤ ਕਿਰਪਾ ਅਤੇ ਬਖਸ਼ਿਸ਼ ਅਤੇ ਬਰਕਤ ਦਾ ਸਦਕਾ। ਉਸ ਤੋਂ ਬਾਅਦ ਲੋਕਾਂ ਨੇ ਸਮਝਿਆ ਕਿ ਮਾਘ ਦਾ ਮਹੀਨਾ ਵਧੇਰੇ ਪਵਿੱਤਰ ਹੈ, ਇੱਧਰ ਉੱਧਰ ਤੀਰਥਾਂ 'ਤੇ ਭਟਕਣਾ ਸ਼ੁਰੂ ਕਰ ਦਿੱਤਾ, ਤੀਰਥਾਂ 'ਤੇ ਯਾਤਰਾ ਆਰੰਭ ਕਰ ਦਿੱਤੀ, ਤੀਰਥਾਂ 'ਤੇ ਇਸ਼ਨਾਨ ਕਰਨ ਵਾਸਤੇ ਜਾਣ ਲੱਗ ਪਏ। ਸਤਿਗੁਰੂ ਕਹਿਣ ਲੱਗੇ, ਗੁਰ ਤੀਰਥ ਗੁਰ ਪਾਰ ਜਾ, ਤੈਨੂੰ ਕਿਧਰੇ ਵੀ ਭਟਕਣ ਦੀ ਜ਼ਰੂਰਤ ਨਹੀਂ, ਤੂੰ ਉਸ ਮਾਲਕ ਦੀ ਯਾਦ ਦੇ ਅੰਦਰ ਜੁੜੇ, ਤੇਰੇ 'ਤੇ ਰਹਿਮਤਾਂ ਅਤੇ ਬਖਸ਼ਿਸ਼ਾਂ ਹੋ ਜਾਣਗੀਆਂ। ਗੁਰ ਤੀਰਥ ਗੁਰ ਪਾਰ ਜਾਤ, ਤੀਰਥ ਨਾਵਣ ਜਾਉ, ਤੀਰਥ ਨਾਮ ਹੈ ਸਭ ਤੋਂ ਵੱਡਾ ਤੀਰਥ। ਹੁਣ ਜੋ ਚੇਤ ਦੇ ਮਹੀਨੇ ਦੇ ਅੰਦਰ ਆਨੰਦ ਬਖਸ਼ਿਸ਼ ਕੀਤਾ ਬਸੰਤ ਦੀ ਰੁੱਤ ਦਾ, ਫਿਰ ਤਪਸ਼ ਤੋਂ ਬਚਾਇਆ, ਫਿਰ ਅਸ਼ੂ ਦੇ ਅੰਦਰ ਪ੍ਰੇਮ ਦੀ ਦਾਤ ਬਖਸ਼ਿਸ਼ ਕੀਤੀ, ਸ਼ਾਵਣ ਦੀ ਫੁਹਾਰ ਬਖਸ਼ਿਸ਼ ਕੀਤੀ, ਭਾਦੋਂ ਦੇ ਮਹੀਨੇ ਦੇ ਅੰਦਰ ਭਰਮਾਂ ਤੋਂ ਬਚਾਇਆ, ਨਿਰੰਕਾਰ ਵਾਹਿਗੁਰੂ ਜੀ ਨੇ ਉਹਨਾਂ ਸਾਰਿਆਂ ਗੁਣਾਂ ਨੂੰ ਇਕੱਠਿਆਂ ਕਰਕੇ ਇੱਥੇ ਇਸ ਆਖਰੀ ਸ਼ਬਦ ਦੇ ਅੰਦਰ ਫਲ ਗੁਣ ਆਨੰਦ ਉਪਾਰ ਜਾਣਾ। ਪ੍ਰਚਲਿਤ ਸ਼ਬਦ ਸੀ ਫੱਗਣ, ਫੱਗਣ ਦਾ ਮਹੀਨਾ। ਪਰ ਸਤਿਗੁਰੂ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਲਿਖ ਰਹੇ ਨੇ ਕਿ ਫਲ ਗੁਣ, ਜਿਹੜੇ ਗੁਣ ਪਿੱਛੇ 11 ਮਹੀਨਿਆਂ ਦੇ ਅੰਦਰ ਦੱਸੇ ਗਏ ਨੇ ਨਾ, ਜੇ ਉਹਨਾਂ ਗੁਣਾਂ ਦਾ ਤੂੰ ਸੰਗ੍ਰਹ ਕਰ ਲਵੇਂ, ਇਕੱਤਰ ਕਰ ਲਵੇਂ, ਫਿਰ ਤੈਨੂੰ ਇਸ ਜੀਵਨ ਦੇ ਅੰਦਰ, ਇਸ ਬਸੰਤ ਰੁੱਤ ਦੇ ਅੰਦਰ ਉਹਨਾਂ ਗੁਣਾਂ ਦਾ ਫਲ ਪ੍ਰਾਪਤ ਹੋ ਸਕਦਾ ਹੈ। ਕੀ ਫਲ ਪ੍ਰਾਪਤ ਹੋਏਗਾ? ਉਹ ਆਖਰੀ ਸ਼ਬਦ ਦੇ ਅੰਦਰ ਜਿੱਥੋਂ ਰਿਜ਼ਲਟ ਸਤਿਗੁਰੂ ਨੇ ਦਿੱਤਾ ਹੈ, ਜਿਨ ਜਿਨ ਨਾਮ ਧਿਆਇਆ ਤਿਨਕੇ ਕਾਜ ਸਰੇ, ਜਿਹੜੇ ਜਿਹੜੇ ਉਹਨਾਂ ਗੁਣਾਂ ਦੇ ਨਾਲ ਨਾਮ ਸਿਮਰਨ ਦੇ ਨਾਲ ਜੁੜ ਗਏ, ਸਾਰੇ ਹੀ ਕਾਰਜ ਉਹਨਾਂ ਦੇ ਸਫਲ ਹੋ ਗਏ। ਇੱਕ ਬਿਜ਼ਨਸਮੈਨ ਆਪਣੇ ਬਿਜ਼ਨਸ ਵੱਲ ਧਿਆਨ ਦਿੰਦਾ ਹੈ, ਦੌੜ ਭੱਜ ਕਰਦਾ ਹੈ, ਅਤੇ ਉਸਨੂੰ ਬਿਜ਼ਨਸ ਦੇ ਅੰਦਰ ਕਾਮਯਾਬੀ ਮਿਲਦੀ ਹੈ। ਇੱਕ ਦੁਕਾਨਦਾਰ ਰੋਜ਼ਾਨਾ ਹੀ ਸਵੇਰੇ ਆਪਣੀ ਦੁਕਾਨ 'ਤੇ ਜਾਂਦਾ ਹੈ ਅਤੇ ਸ਼ਾਮ ਤੱਕ ਬੈਠਦਾ, ਉਸਨੂੰ ਦੁਕਾਨ ਦੇ ਵਿੱਚੋਂ ਕੁਝ ਪ੍ਰਾਪਤੀ ਹੁੰਦੀ ਹੈ। ਆਫਿਸ ਦੇ ਅੰਦਰ ਜੋਬ ਕਰਨ ਵਾਲੇ ਰੋਜ਼ਾਨਾ ਆਪਣੀ ਡਿਊਟੀ 'ਤੇ ਜਾਂਦੇ ਨੇ, ਉਹਨਾਂ ਨੂੰ ਕੁਝ ਪ੍ਰਾਪਤੀ ਹੈ। ਜਿਸ ਜਿਸ ਕਾਰਜ ਵਾਸਤੇ ਜਾਂਦੇ ਨੇ ਉਸ ਉਸ ਕਾਰਜ ਦੀ ਪ੍ਰਾਪਤੀ ਹੈ। ਅਤੇ ਸਤਿਗੁਰੂ ਕਹਿਣ ਲੱਗੇ, ਆ ਤੈਨੂੰ ਮੈਂ ਸੁਖੈਣ ਜਿਹਾ ਰਸਤਾ ਦੱਸਦਿਆਂ, ਕੇਵਲ ਅਤੇ ਕੇਵਲ ਉਹ ਗੁਣਾਂ ਦਾ ਫਲ, ਜਿਨ੍ਹਾਂ ਗੁਣਾਂ ਦਾ ਫਲ ਹੈ ਨਾਮ, ਉਸ ਨਾਮ ਦੇ ਨਾਲ ਜੁੜ ਜਾ, ਤੇਰੇ ਜਿਤਨੇ ਵੀ ਕਾਰਜ ਨੇ ਸਾਰੇ ਦੇ ਸਾਰੇ ਸੰਪੂਰਨ ਹੋ ਜਾਣਗੇ, ਸਾਰੇ ਕਾਰਜ ਰਾਸ਼ ਹੋ ਜਾਣਗੇ। ਫਲ ਗੁਣ ਆਨੰਦ ਉਪਾਰ ਜਨਾ, ਹਰ ਸੱਜਣ ਪ੍ਰਗਟੇ ਆਏ। ਜਿਨ੍ਹਾਂ ਦੇ ਕੋਲ ਗੁਣ ਆ ਗਿਆ, ਜਿਨ੍ਹਾਂ ਦੇ ਕੋਲ ਗੁਣ ਆ ਗਿਆ, ਗੁਣਵੰਤੀ ਸ਼ਹੁਰਾਵਿਆ, ਉਸਨੇ ਆਪਣੇ ਮਾਲਕ ਦੀ ਯਾਦ ਦੇ ਅੰਦਰ ਜੁੜ ਕੇ, ਉਸ ਮਾਲਕ ਦੀ ਯਾਦ ਦੇ ਅੰਦਰ ਜੁੜ ਕੇ ਮਾਲਕ ਨੂੰ ਯਾਦ ਕੀਤਾ ਅਤੇ ਮਾਲਕ ਦੇ ਉਸ ਆਨੰਦ ਦਾ ਗੁਣਾਂ ਦੇ ਨਾਲ ਆਨੰਦ ਮਾਣਿਆ। ਅਤੇ ਜਿਨ੍ਹਾਂ ਦੇ ਕੋਲ ਗੁਣ ਨਹੀਂ ਸਨ, ਉਹ ਵੇਖਦੇ ਰਹਿ ਗਏ ਕਿ ਇਹਨਾਂ ਦੀ ਚੜ੍ਹਦੀ ਕਲਾ ਕਿਸ ਤਰ੍ਹਾਂ ਹੋ ਗਈ, ਅਸੀਂ ਉੱਥੇ ਦੇ ਉੱਥੇ ਹੀ ਹਾਂ। ਨਿਰਗੁਣ ਕੂਕੇ ਕਾਏ, ਫਲ ਗੁਣੇ ਗੁਣਵੰਤੀ ਸ਼ਹੁਰਾਵਿਆ, ਨਿਰਗੁਣ ਕੂਕੇ ਕਾਏ, ਜੇ ਗੁਣਵੰਤੀ ਥੀ ਰਹੇ ਤਾਂ ਪੀ ਸ਼ਹੁਰਾਵਣ ਜਾਏ। ਤੂੰ ਉਹਨਾਂ ਨੂੰ ਵੇਖ ਕੇ ਝੂਰ ਨਾ, ਜੇ ਤੂੰ ਗੁਣਵੰਤੀਆਂ ਨੂੰ ਵੇਖਿਆ ਹੈ ਨਾ, ਉਹਨਾਂ ਦੀ ਚੜ੍ਹਦੀ ਕਲਾ ਵੇਖੀ ਹੈ,
ਉਹਨਾਂ ਦੇ ਸਾਰੇ ਕਾਰਜ ਰਾਸ਼ ਹੁੰਦੇ ਪਏ ਨੇ, ਬੜੀਆਂ ਖੁਸ਼ ਅਤੇ ਪ੍ਰਸੰਨ ਹਨ। ਅਤੇ ਉਹਨਾਂ ਨੂੰ ਵੇਖ ਕੇ ਤੂੰ ਵੀ ਉਸ ਮਾਲਕ ਦੀ ਯਾਦ ਦੇ ਅੰਦਰ ਜੁੜ, ਤਾਂ ਕਿ ਤੈਨੂੰ ਉਸ ਨਾਮ ਦੇ ਜੋ ਸ਼ੁਭ ਗੁਣ ਨੇ ਉਹਨਾਂ ਦਾ ਫਲ ਪ੍ਰਾਪਤ ਹੋ ਸਕੇ। ਫਲ ਗੁਣ ਆਨੰਦ ਉਪਾਰਜਨਾ, ਜੀਵਨ ਦੇ ਅੰਦਰ ਗੁਣਾਂ ਦਾ ਫਲ ਪ੍ਰਾਪਤ ਹੋ ਗਿਆ ਹੈ ਅਤੇ ਉਹਦੇ ਵਿੱਚੋਂ ਨਿਕਲਿਆ ਆਨੰਦ, ਉਪਾਰਜਨਾਂ ਦਾ ਭਾਵ ਪੈਦਾ ਹੋਇਆ। ਇਹ ਆਨੰਦ ਪੈਦਾ ਹੋ ਗਿਆ, ਆਨੰਦ ਦੀ ਪ੍ਰਾਪਤੀ ਹੋਈ। ਕੈਸਾ ਆਨੰਦ ਸੀ? ਕਹਿਣ ਲੱਗੇ, ਜਿਸ ਨੂੰ ਤੂੰ ਯਾਦ ਕਰਦਾ ਰਿਹਾ ਹੈ ਨਾ, ਉਸ ਮਾਲਕ ਨੇ ਵੇਖ ਤੇਰੇ 'ਤੇ ਕਿਤਨੀ ਰਹਿਮਤ ਕੀਤੀ, ਕਿਤਨੀ ਬਖਸ਼ਿਸ਼ ਕੀਤੀ। ਹਰ ਸੱਜਣ ਪ੍ਰਗਟਿਆ, ਉਹ ਸੱਜਣ ਜਿਸ ਨੂੰ ਯਾਦ ਕਰਦਾ ਰਿਹਾ, ਉਹ ਮਾਲਕ ਪ੍ਰਗਟ ਹੋ ਗਏ। ਜੇ ਗੁਣਵੰਤ ਹੈ ਗੰਠੜੀਐ, ਮਿਲੇਗਾ ਸੋਈ, ਸੋਈ ਮਿਲਿਆ ਹੋਏ, ਨਾ ਵਿਛੜੈ ਜੇ ਮਿਲਿਆ ਹੋਈ। ਨਾਨਕ ਸੁੱਤੀ ਪਈਐ ਜਾਣ ਬਿਰਤੀ ਸੰਨ, ਗੁਣਾ ਗਵਾਈ ਗੰਠੜੀ, ਅਵਗੁਣ ਚੱਲੀ ਬੰਨ। ਅਵਗੁਣਾਂ ਨੂੰ ਇਕੱਤਰ ਕੀਤਾ, ਸੰਸਾਰ ਦੇ ਅੰਦਰ ਖਚਿਤ ਹੋ ਗਏ, ਸੰਸਾਰ ਵੱਲ ਹੀ ਧਿਆਨ ਆਇਆ, ਨਿਰੰਕਾਰ ਦਾ ਧਿਆਨ ਨਹੀਂ ਆਇਆ। ਸਤਿਗੁਰੂ ਕਹਿਣ ਲੱਗੇ, ਜੇ ਤੈਨੂੰ ਨਿਰੰਕਾਰ ਦਾ ਖਿਆਲ ਆ ਜਾਂਦਾ, ਉਹਦੀ ਯਾਦ ਦੇ ਅੰਦਰ ਜੁੜ ਜਾਂਦਾ, ਜੀਵਨ ਦੇ ਅੰਦਰ ਆਨੰਦ ਪ੍ਰਗਟ ਹੋ ਜਾਣਾ ਸੀ, ਅਤੇ ਸੱਜਣ ਪ੍ਰਗਟੇ ਆਏ, ਮਾਲਕ ਨੇ ਆਪ ਸਾਕਸ਼ਾਤ ਪ੍ਰਗਟ ਹੋ ਕੇ ਤੈਨੂੰ ਦੀਦਾਰ ਅਤੇ ਦਰਸ਼ਨ ਦੇ ਕੇ ਨਿਹਾਲ ਕਰ ਦੇਣਾ ਸੀ। ਸੰਤ ਸਹਾਈ ਰਾਮ ਕੇ, ਜਿਹੜੇ ਰੱਬ ਦੇ ਪਿਆਰੇ, ਕਿਹੜੇ ਪਿਆਰੇ ਹਨ ਜੋ ਸੰਤ ਰਾਮ ਹੈ ਏਕੋ। ਰਾਮ ਸੰਤ ਮੈਂ ਭੇਦ ਕਿਛ ਨਾਹੀਂ, ਏਕ ਜਨ ਕਈ ਮੈਂ ਲਾਖ ਕਰੋਰੀ। ਉਹ ਸੰਤ ਜਨ ਜਿਹੜੇ ਪਰਮੇਸ਼ਵਰ ਦੇ ਪਿਆਰੇ ਹਨ, ਕੇਵਲ ਉਹ ਸੰਤ ਜਨ। ਕੋਈ ਕਿਸੇ ਜਥੇਬੰਦੀ ਦੇ ਨਾਲ ਸੰਬੰਧਿਤ ਹੈ, ਫਲਾਣੇ ਸੰਤ, ਕਿਸੇ ਨੇ ਆਪਣਾ ਕੋਈ ਬਹੁਤ ਵੱਡਾ ਡੇਰਾ ਬਣਾਇਆ ਹੈ, ਅਤੇ ਉਸ ਡੇਰੇ ਦਾ ਕੋਈ ਉਚੇਚੇ ਤੌਰ 'ਤੇ ਸਪੈਸ਼ਲ ਲੋਕਾਂ ਦੇ ਨਾਲੋਂ ਕੋਈ ਵੱਖਰਾ ਜਿਹਾ ਨਾਮ ਰੱਖਿਆ, ਫਲਾਣੇ ਥਾਂ ਦੇ ਫਲਾਣੇ ਡੇਰੇ ਵਾਲੇ ਸੰਤ, ਇਨਵੀਟੇਸ਼ਨ ਕਾਰਡ ਛਪਵਾਏ ਹੋਏ ਨੇ, ਸਾਡੀਆਂ ਫਲਾਣੀ ਫਲਾਣੀ ਜਗ੍ਹਾ 'ਤੇ ਬਰਾਂਚਾਂ ਹਨ, ਉੱਥੇ ਅਸਥਾਨ ਹਨ। ਕਿਸੇ ਜਥੇਬੰਦੀ ਦੇ, ਕਿਸੇ ਧੜੇ ਦੇ ਸੰਤ ਹੋ ਸਕਦੇ ਨੇ, ਪਰ ਰੱਬ ਦੇ ਸੰਤ ਕੋਈ ਵਿਰਲੇ ਵਿਰਲੇ ਨੇ। ਕਦੇ ਕਿਸੇ ਸੰਤ ਨੇ ਆ ਕੇ, ਮੈਂ ਰਾਮ ਦਾ ਸੰਤ ਹਾਂ, ਮੈਂ ਰੱਬ ਦਾ ਸੰਤ ਹਾਂ, ਰੱਬ ਦਾ ਪਿਆਰਾ, ਰੱਬ ਦਾ ਭਗਤ। ਸੰਤ ਸਹਾਈ ਰਾਮ ਕੇ, ਉਹ ਤੇਰੀ ਸਹਾਇਤਾ ਕਰ ਸਕਦੇ ਹਨ। ਜੇ ਤੇਰੇ ਅੰਦਰ ਕਿਸੇ ਕਿਸਮ ਦੀ ਕੋਈ ਊਣਤ ਆਈ, ਕੋਈ ਕਮੀ ਆ ਗਈ ਹੈ, ਅਤੇ ਤੇਰਾ ਉਸ ਮਾਲਕ ਦੇ ਨਾਲ ਮਿਲਾਪ ਨਹੀਂ ਹੋਇਆ, ਉਹ ਜਿਹੜੇ ਰੱਬ ਦੇ ਪਿਆਰੇ ਸੰਤ ਜਨ ਹਨ, ਉਹ ਤੇਰਾ ਮਿਲਾਪ ਕਰਵਾ ਸਕਦੇ ਨੇ। ਕਰ ਕਿਰਪਾ ਦੀਆ ਮਿਲਾ, ਉਹਨਾਂ ਨੇ ਕਿਰਪਾ ਕੀਤੀ, ਤੇਰਾ ਮਿਲਾਪ ਕਰਵਾ ਦਿੱਤਾ। ਜਿਸ ਵੇਲੇ ਤੇਰਾ ਮਿਲਾਪ ਕਰਵਾਇਆ, ਇੱਥੇ ਇੱਕ ਸੰਤ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਆਪ ਜੀ ਦੇ ਸਾਹਮਣੇ, ਔਰ ਉਸ ਸੰਤ ਦਾ ਜ਼ਿਕਰ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਵੀ ਕੀਤਾ ਹੈ। ਕਿਸੇ ਜਥੇਬੰਦੀ ਦਾ ਨਹੀਂ, ਕਿਸੇ ਧੜੇਬੰਦੀ ਦਾ ਨਹੀਂ,
ਕਹਿੰਦਾ ਮੇਰਾ ਡੇਰਾ ਵੀ ਕੋਈ ਨਹੀਂ, ਮੇਰੀ ਜਾਤ ਵੀ ਕੋਈ ਨਹੀਂ, ਮੇਰਾ ਨਾਮ ਵੀ ਕੋਈ ਨਹੀਂ, ਮੇਰਾ ਮਾਨ ਵੀ ਕੋਈ ਨਹੀਂ, ਮੇਰਾ ਗ੍ਰਾਮ ਵੀ ਕੋਈ ਨਹੀਂ, ਮੇਰਾ ਪਿੰਡ ਵੀ ਕੋਈ ਨਹੀਂ। ਔਰ ਉਹ ਮਹਾਂਪੁਰਸ਼ ਜਿਸ ਨੇ ਆਪਣਾ ਸਭ ਕੁਝ ਗਵਾ ਦਿੱਤਾ, ਸਭ ਕੁਝ ਉਸ ਮਾਲਕ ਨੂੰ ਸਮਰਪਿਤ ਕਰ ਦਿੱਤਾ, ਮਾਲਕ ਦੇ ਅੰਦਰ ਅਭੇਦ ਹੋ ਗਿਆ, ਉਹ ਨੇ ਸਤਿਕਾਰਯੋਗ ਸ਼੍ਰੀਮਾਨ ਭਗਤ ਕਬੀਰ ਜੀ। ਨਾ ਮੋਹੇ ਛਾਨ ਨਾ ਛਾਪਰੀ, ਮੇਰੀ ਛੰਨ ਕੋਈ ਨਹੀਂ, ਛਪਰੀ ਕੋਈ ਨਹੀਂ, ਘਰ ਕੋਈ ਨਹੀਂ, ਨਾ ਮੋਹੇ ਘਰ ਨਹੀਂ ਗਾ, ਮੇਰਾ ਕੋਈ ਥਾਂ ਟਿਕਾਣਾ ਨਹੀਂ, ਕੋਈ ਆਸ਼ਰਮ ਨਹੀਂ, ਕੋਈ ਡੇਰਾ ਨਹੀਂ, ਕੋਈ ਖਾਸ ਪਿੰਡ ਨਹੀਂ ਕਿ ਫਲਾਣੇ ਪਿੰਡ ਦੇ ਰਹਿਣ ਵਾਲੇ ਇਹ ਸੰਤ। ਮਤ ਹਰ ਪੁੱਛੈ ਕੌਣ ਹੈ, ਮੇਰੀ ਜਾਤ ਨਾ ਨਾ, ਮੈਂ ਰੱਬ ਦੇ ਦਰ ਤੇ ਡਿੱਗਿਆ ਹੋਇਆ, ਆਪਣੇ ਆਪ ਨੂੰ ਸਮਰਪਿਤ ਕੀਤਾ ਹੋਇਆ, ਮਤਾ ਮੈਨੂੰ ਕੋਈ ਪੁੱਛ ਲਵੇ ਤੂੰ ਕੌਣ ਹੈ ਬਈ, ਤੇ ਮੈਂ ਕੀ ਆਖਾਂਗਾ, ਮੈਂ ਕਬੀਰ। ਕਹਿੰਦਾ ਨਹੀਂ ਮੈਂ ਕਬੀਰ ਨਹੀਂ, ਕਬੀਰ ਤੇ ਪਰਮਾਤਮਾ ਹੈ, ਕਿਉਂਕਿ ਸਤਿਗੁਰੂ ਜੀ ਦਾ ਤਿਲੰਗ ਰਾਗ ਦੇ ਅੰਦਰ ਇੱਕ ਬਚਨ ਆਉਂਦਾ ਹੈ, ਯਕ ਅਰਜ ਗੁਫਤਮ ਪੇਸ਼ਤੋ ਦਰਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਤਗਾਰ। ਕਬੀਰ ਦਾ ਅਰਥ ਬਣਦਾ ਬਹੁਤ ਵੱਡਾ, ਸਭ ਤੋਂ ਵੱਡਾ। ਕਹਿੰਦੇ ਇਹ ਪਰਮਾਤਮਾ ਹੀ ਹੈ, ਉਹ ਮੈਨੂੰ ਜਾਣਦਾ। ਮਤ ਹਰ ਪੁੱਛੈ ਕੌਣ ਹੈ, ਮੇਰੇ ਜਾਤ ਨਾ ਨਾਉ, ਮੇਰੀ ਜਾਤ ਕੋਈ ਨਹੀਂ, ਮੇਰਾ ਨਾਉਂ ਕੋਈ ਨਹੀਂ। ਜੇ ਮੈਂ ਆਪਣੇ ਆਪ ਨੂੰ ਆਖਾਂ ਮੈਂ ਕਬੀਰ ਹਾਂ, ਤੇ ਫਿਰ ਮੈਂ ਵੱਡਾ ਹੋ ਗਿਆ, ਇਸ ਲਈ ਵੱਡਾ ਤੇ ਪਰਮਾਤਮਾ ਹੈ। ਉਸ ਮਾਲਕ ਦੇ ਚਰਨਾਂ ਦੇ ਅੰਦਰ ਜਿਸ ਵੇਲੇ ਮਾਲਕ ਨੇ ਕਿਰਪਾ ਤੇ ਬਖਸ਼ਿਸ਼ ਕੀਤੀ, ਸੇਜ ਸੁਹਾਵੀ ਸਰਬ ਸੁਖੇ, ਇਹ ਸੇਜਾ ਸੁਹਾਵਣੀ ਬਣ ਗਈ, ਹਿਰਦੇ ਦੀ ਸੇਜਾ, ਜਿਸ ਮਾਲਕ ਦੀ ਯਾਦ ਦੇ ਅੰਦਰ ਜੁੜਿਆ, ਸਰਬ ਸੁਖ, ਸਾਰੀਆਂ ਸੁੱਖਾਂ ਦੀ ਉੱਥੇ ਆ ਕੇ ਮੈਨੂੰ ਪ੍ਰਾਪਤੀ ਹੋ ਗਈ। ਸੇਜ ਸੁਹਾਵੀ ਸਰਬ ਸੁਖੇ, ਹੁਣ ਦੁੱਖਾਂ ਨਾਹੀਂ ਜਾਏ, ਹੁਣ ਦੁੱਖਾਂ ਵਾਸਤੇ ਕੋਈ ਥਾਂ ਨਹੀਂ, ਹੁਣ ਦੁੱਖ ਅੰਦਰ ਟਿਕ ਹੀ ਨਹੀਂ ਸਕਦੇ, ਦੁੱਖ ਅੰਦਰ ਰਹਿ ਹੀ ਨਹੀਂ ਸਕਦੇ, ਕਿਉਂਕਿ ਦੁੱਖ ਕੀਤੇ ਹੋਏ ਕਰਮਾਂ ਦੇ ਮੁਤਾਬਕ ਹਨ, ਤੇ ਕਰਮ ਇਹਨਾਂ ਫੁਰਨਿਆਂ ਦੇ ਮੁਤਾਬਕ ਹਨ, ਜੈਸੇ ਫੁਰਨੇ ਵੈਸੇ ਕਰਮ, ਜੈਸੇ ਕਰਮ ਵੈਸਾ ਫਲ। ਸੁਨ ਸਮਾਦ ਗੁਫਾ ਤਹੇ ਆਸਨ, ਕੇਵਲ ਬ੍ਰਹਮ ਪੂਰਨ ਤਹੇ ਬਾਸਨ। ਕਹਿੰਦੇ ਮਨ ਦੀਆਂ ਵਿਚਾਰਾਂ ਨੂੰ ਮੈਂ ਰੋਕ ਦਿੱਤਾ, ਗੁਰੂ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਇਹ ਸੰਕਲਪ ਵਿਕਲਪ ਸਾਰੇ ਰੁਕ ਗਏ, ਮਨ ਸਹਿਜ ਅਵਸਥਾ ਦੇ ਅੰਦਰ ਆ ਗਿਆ। ਉਹ ਮਾਲਕ ਜੋ ਸੁਣ ਸਮਾਦ ਅਡੋਲ ਟਿਕਿਆ ਹੋਇਆ ਬੈਠਾ ਹੋਇਆ, ਸੁਣ ਸਮਾ ਗੁਫਾ, ਸੁਣ ਸਮਾਦ ਗੁਫਾ ਤਹਿ ਆਸਨ, ਕੇਵਲ ਬ੍ਰਹਮ ਪੂਰਨ ਤਹਿ ਬਾਸਨ। ਕੇਵਲ ਪ੍ਰਭੂ ਹੀ ਉੱਥੇ ਇਸ ਟਿਕਾਓ ਦੇ ਅੰਦਰ ਹਨ। ਉਸ ਮਾਲਕ ਦੇ ਨਾਲ ਕੋਈ ਬਚਨ ਬਿਲਾਸ ਕਰਨਾ, ਭਗਤ ਸੰਗ ਪ੍ਰਭ ਗੋਸ਼ਟ ਕਰਤ, ਉਹ ਨਿਰੰਕਾਰ ਵਾਹਿਗੁਰੂ। ਜਿਹੜੇ ਭਗਤ ਉਹਦੇ ਦਰ ਤੇ ਪ੍ਰਵਾਨ ਹੁੰਦੇ ਨੇ ਨਾ, ਉਹਨਾਂ ਦੇ ਨਾਲ ਵਿਚਾਰਾਂ ਹੁੰਦੀਆਂ ਹਨ। ਭਗਤ ਸੰਗ ਤਹਿ ਗੋਸ਼ਟ ਕਰਤ, ਕਿਸ ਤਰ੍ਹਾਂ ਦੀ ਗੋਸ਼ਟੀ ਹੈ, ਕਿਸ ਤਰ੍ਹਾਂ ਦੀ ਵਿਚਾਰ ਹੈ। ਤਹਿ ਹਰਖ ਨਾ ਸੋਗ ਨਾ ਜਨਮ ਨਾ ਮਰਤ,
ਕੋਈ ਖੁਸ਼ੀ ਨਹੀਂ, ਕੋਈ ਗਮੀ ਨਹੀਂ, ਕੋਈ ਦੁੱਖ ਨਹੀਂ, ਕੋਈ ਸੁੱਖ ਨਹੀਂ। ਐਸੀ ਸੁਣ ਸਮਾਧ, ਐਸੀ ਸਹਿਜ ਅਵਸਥਾ ਦੇ ਅੰਦਰ, ਐਸੇ ਟਿਕਾਓ ਦੇ ਅੰਦਰ ਆ ਕੇ ਕਹਿੰਦੇ ਉੱਥੇ ਬੈਠੇ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ, ਭਗਤੀ ਕਰਨ ਵਾਲੇ ਉਹ ਮਾਲਕ ਦੇ ਨਾਲ ਬਚਨ ਕਰਦੇ ਪਏ ਨੇ। ਸੇਜ ਸੁਹਾਵੀ ਸਰਬ ਸੁਖੇ, ਹੁਣ ਦੁੱਖਾਂ ਨਾਹੀਂ ਜਾਏ, ਹੁਣ ਦੁੱਖਾਂ ਵਾਸਤੇ ਕੋਈ ਥਾਂ ਨਹੀਂ। ਹਮ ਕਿਛ ਨਾਹੀਂ ਏਕੈ ਉਹੀ, ਆਗੈ ਪਾਛੈ ਏਕੋ ਸੋਈ, ਨਾਨਕ ਗੁਰ ਖੋਏ ਭ੍ਰਮ ਭੰਗਾ, ਹਮ ਓਏ ਮਿਲ ਹੋਏ ਇੱਕ ਰੰਗਾ। ਮੈਂ ਬੰਦਗੀ ਕਰਦਿਆਂ ਕਰਦਿਆਂ, ਸਿਮਰਨ ਕਰਦਿਆਂ ਕਰਦਿਆਂ ਸੰਤ ਸਹਾਈ ਰਾਮ ਕੇ, ਕਹਿੰਦੇ ਉਹਨਾਂ ਨੇ ਐਸੀ ਕਿਰਪਾ ਕਰ ਦਿੱਤੀ, ਮਾਲਕ ਦੇ ਨਾਲ ਮਿਲਾਪ ਕਰਵਾ ਦਿੱਤਾ। ਹਮ ਓਏ ਮਿਲ ਹੋਏ ਇੱਕ ਰੰਗਾ, ਇੱਕ ਮਿਕ ਹੋ ਗਏ। ਕੁਝ ਐਸੇ ਨੇ ਜੋ ਸਿਮਰਨ ਕਰਦਿਆਂ, ਜੋ ਵਾਹਿਗੁਰੂ ਜੀ ਉਹ ਸਿਮਰਨ ਦਾ ਨਾਮ ਦਾ ਗੁਣਾਂ ਦਾ ਫਲ ਬਖਸ਼ਿਸ਼ ਕਰਦੇ ਨੇ, ਅੰਦਰੋਂ ਸ਼ੁਭ ਗੁਣ ਪ੍ਰਗਟ ਹੁੰਦੇ ਨੇ, ਉਹ ਕੀ ਹਨ? ਕਹਿਣ ਲੱਗੇ ਮਾਲਕ ਦੇ ਅੰਦਰ ਅਭੇਦ ਹੋ ਜਾਣਾ, ਮਾਲਕ ਦੇ ਨਾਲ ਇੱਕ ਮਿਕ ਹੋ ਜਾਣਾ, ਸਹਿਜ ਅਵਸਥਾ ਤੱਕ ਪਹੁੰਚ ਜਾਣਾ, ਸੁਣ ਸਮਾਧ ਗੁਫਾ ਤਹੀਂ ਆਸਨ ਉੱਥੇ ਤੱਕ ਮਿਲਾਪ ਹੋ ਜਾਣਾ, ਮਾਲਕ ਵਿੱਚ ਅਭੇਦਤਾ ਲੀਨਤਾ। ਪਰ ਕੁਝ ਐਸੇ ਵੀ ਸਨ ਜਿਨ੍ਹਾਂ ਨੇ ਨਾਮ ਤਾਂ ਜਪਿਆ, ਪਰ ਨਾਮ ਜਪਦਿਆਂ ਜਪਦਿਆਂ ਨਾਲ ਅੰਦਰ ਕਾਮਨਾ ਪ੍ਰਗਟ ਹੋ ਗਈ। ਕਾਮਨਾ ਪ੍ਰਗਟ ਹੋਣ ਦੇ ਨਾਲ ਉੱਥੇ ਆਸ਼ਰਮ ਬਣ ਗਿਆ, ਬਹੁਤ ਸਾਰੇ ਸੇਵਕ ਕੋਲ ਇਕੱਠੇ ਹੋ ਗਏ, ਸਤਸੰਗੀ ਇਕੱਠੇ ਹੋ ਗਏ, ਉੱਥੇ ਸੁਬਹਾ ਸ਼ਾਮ ਸਤਸੰਗ ਹੋਣਾ ਸ਼ੁਰੂ ਹੋ ਗਿਆ। ਉਸ ਮਹਾਂਪੁਰਸ਼ ਨੂੰ ਉਹਨਾਂ ਨੇ ਆਪਣਾ ਗੁਰੂ ਧਾਰਨ ਕਰ ਲਿਆ ਅਤੇ ਆਪ ਉਹਦੇ ਸਿੱਖ ਸੇਵਕ ਬਣ ਗਏ। ਬਾਬਾ ਕਬੀਰ ਜੀ ਕਹਿਣ ਲੱਗੇ ਇਹ ਚੱਲੇ ਤਾਂ ਸੀ ਆਪਣੇ ਘਰ ਤੋਂ ਉਸ ਯਾਤਰਾ 'ਤੇ ਕਿ ਪਰਮਾਤਮਾ ਦੇ ਨਾਲ ਅਭੇਦ ਹੋਣਾ, ਉਹਦੇ ਵਿੱਚ ਲੀਨ ਹੋਣਾ, ਉਹਦੇ ਨਾਲ ਇੱਕ ਮਿਕ ਹੋਣਾ, ਉੱਥੇ ਤੱਕ ਤਾਂ ਪਹੁੰਚੇ ਕੋਈ ਨਹੀਂ, ਇਹਨੇ ਰਸਤੇ ਦੇ ਅੰਦਰ ਹੀ ਆ ਕੇ ਰੁਕ ਗਏ। ਕਬੀਰ ਸਿੱਖ ਸਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਣ ਕਹੋ, ਬੀਚੈ ਅਟਕਿਓ ਚੀਤ। ਰਸਤੇ ਦੇ ਵਿੱਚ ਹੀ ਰਹਿ ਗਏ, ਚੱਲੇ ਸੀ ਨਿਰੰਕਾਰ ਨੂੰ ਮਿਲਣ ਵਾਸਤੇ। ਇਛ ਪੁਨੀ ਵੱਡ ਭਾਗਣੀ, ਵਰ ਪਾਇਆ ਹਰ ਰਾਏ। ਇਹ ਇੱਛਾ ਪੂਰੀ ਹੋਈ, ਬਸੰਤ ਚੜਿਆ ਫੋਲੀ ਬਨ ਰਾਏ। ਕਹਿੰਦੇ ਅੰਦਰ ਬਸੰਤ ਬਹਾਰ ਆ ਗਈ, ਜਿੱਥੇ ਵਿਕਾਰ ਸਨ ਉੱਥੇ ਖੇੜਾ ਖੁਸ਼ੀ ਆਨੰਦਤਾ ਅਤੇ ਪ੍ਰਸੰਨਤਾ ਆ ਗਈ, ਅੰਦਰ ਬਸੰਤ ਆ ਗਈ। ਕੇਵਲ ਬਾਹਰ ਹੀ ਨਹੀਂ ਅੰਦਰ ਵੀ ਆਈ। ਇਹ ਜੀ ਜੰਤ ਫੂਲੇ ਹਰ ਚਿਤ ਲਾਏ, ਪਹਿਲ ਬਸੰਤ ਆਗਮਨ ਪਹਿਲਾਂ ਮੌਲੇ ਉਸੋਏ, ਜਿਤ ਮੌਲਿਆ ਸਭ ਮੌਲਿਆ ਤਿਸੈ ਨ ਮੌਲਿਓ ਕੋਏ। ਕਹਿੰਦੇ ਮਾਲਕ ਮੌਲਿਆ ਹੋਇਆ, ਮੌਲਿਆ ਦਾ ਭਾਵ ਖਿਲਿਆ ਹੋਇਆ, ਹਰ ਵੇਲੇ ਦੇ ਗਾਸ ਖੇੜੇ ਦੇ ਅੰਦਰ, ਅਤੇ ਜਿਹੜਾ ਉਸ ਦੇ ਨਾਮ ਦੇ ਨਾਲ ਜੁੜ ਗਿਆ, ਜੋ ਉਹਦੀ ਯਾਦ ਦੇ ਨਾਲ ਜੁੜ ਗਿਆ, ਸਿਮਰਨ ਦੇ ਅੰਦਰ ਜੁੜ ਗਿਆ, ਉਸਨੂੰ ਵੀ ਮਾਲਕ ਨੇ ਕਿਣਕਾ ਮਾਤਰ ਉਹ ਬਸੰਤ ਦਾ ਖੁਸ਼ੀ ਅਤੇ ਖੇੜਾ ਬਖਸ਼ਿਸ਼ ਕਰ ਦਿੱਤਾ। ਇਸ ਲਈ ਨਾਨਕ ਭਗਤਾਂ ਸਦਾ ਵਿਗਾਸ ਹੈ, ਹਮੇਸ਼ਾ ਖੁਸ਼ ਅਤੇ ਪ੍ਰਸੰਨ ਰਹਿੰਦੇ ਹਨ। ਇਛ ਪੁਨੀ ਵੜ ਭਾਗਣੀ, ਵਰ ਪਾਇਆ ਹਰ ਰਾਏ। ਤਮਾਮ ਇੱਛਾਵਾਂ ਦੀ ਪੂਰਤੀ, ਕਿਉਂਕਿ ਅੱਗੇ ਸ਼ਬਦ ਦੀ ਇਹ ਬਾਰਾਂ ਮਹਾਂ ਦੀ ਜਿੱਥੇ ਸੰਪੂਰਨਤਾ ਸਤਿਗੁਰੂ ਜੀ ਨੇ ਕਰਨੀ ਹੈ, ਉੱਥੇ ਆਖ ਰਹੇ ਨੇ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ।
ਹਰ ਇੱਕ ਵਿਅਕਤੀ ਕਹਿੰਦਾ ਸੌਖਾ ਜਿਹਾ ਕੰਮ ਹੋਵੇ, ਮੈਂ ਥੋੜ੍ਹਾ ਜਿਹਾ ਹੀ ਕਰਨਾ ਪਵੇ ਅਤੇ ਸਾਰੇ ਕੰਮ ਮੇਰੇ ਸਵਰ ਜਾਣ। ਕਹਿੰਦੇ ਬਸ ਇਹ ਥੋੜ੍ਹਾ ਜਿਹਾ ਕੰਮ ਕਰ ਲੈ, ਪਰਮੇਸ਼ਵਰ ਦੇ ਨਾਮ ਦੇ ਨਾਲ ਜੁੜ ਜਾ, ਤੇਰੇ ਸਾਰੇ ਦੇ ਸਾਰੇ ਕਾਰਜ ਰਾਸ ਹੋ ਜਾਣਗੇ, ਤੇਰੀਆਂ ਇੱਛਾਵਾਂ ਦੀ ਪੂਰਤੀ ਹੋਵੇਗੀ, ਤੂੰ ਵੱਡੀਆਂ ਭਾਗਾਂ ਵਾਲਾ ਬਣ ਜਾਏਗਾ। ਵਰ ਪਾਇਆ ਹਰ ਰਾਏ, ਉਹ ਵਰ ਕਹੀਏ ਮਾਲਕ ਦੀ ਪ੍ਰਾਪਤੀ ਹਰੀ ਰਾਏ ਰਾਜੇ ਦੀ। ਮਿਲ ਸਈਆਂ ਮੰਗਲ ਗਾਵਈ ਗੀਤ ਗੋਬਿੰਦ ਅਲਾਏ। ਸਖੀਆਂ ਮਿਲ ਕੇ ਜਦੋਂ ਬੱਚੇ ਬੱਚੀ ਦੀ ਸ਼ਾਦੀ ਤੋਂ ਦੋ ਚਾਰ ਦਿਨ ਪਹਿਲਾਂ ਘਰ ਦੇ ਅੰਦਰ ਇਸ ਤਰ੍ਹਾਂ ਦੇ ਖੁਸ਼ੀ ਦੇ ਗੀਤ ਗਾਏ ਜਾਂਦੇ ਹਨ, ਖੁਸ਼ੀ ਮਨਾਈ ਜਾਂਦੀ ਹੈ। ਸਤਿਗੁਰ ਮਤ ਗੂੜ ਬਿਮਲ ਸਤ ਸੰਗਤ ਆਤਮ ਰੰਗ ਚਲੂਲ ਭਇਆ। ਚਲੂਲ ਕਹਿੰਦੇ ਨੇ ਗੂੜਾ ਲਾਲ ਰੰਗ। ਜਿਸ ਵੇਲੇ ਸਤਿਗੁਰੂ ਦੀ ਮਤ ਧਾਰਨ ਕਰ ਲਈ, ਬਿਮਲ ਸਤਸੰਗਤ, ਸਤਸੰਗਤ ਦੇ ਵਿੱਚ ਆ ਕੇ ਮੈਲ ਤੋਂ ਰਹਿਤ ਹੋ ਗਿਆ, ਮਨ ਨਿਰਮਲ ਅਤੇ ਪਵਿੱਤਰ ਹੋ ਗਿਆ। ਜੋ ਅਗਿਆਨਤਾ ਦੀ ਨੀਂਦ ਦੇ ਅੰਦਰ ਸੁੱਤਾ ਹੋਇਆ ਸੀ, ਜਾਗਿਆ ਮਨ ਕਵਲ ਸਹਿਜ ਪ੍ਰਗਾਸਿਆ। ਮਨ ਜਾਗ ਪਿਆ ਅਗਿਆਨਤਾ ਦੀ ਨੀਂਦ ਦੇ ਵਿੱਚੋਂ, ਹੁਣ ਸਹਿਜ ਅਵਸਥਾ ਦੇ ਅੰਦਰ ਆ ਗਿਆ ਅਤੇ ਪ੍ਰਕਾਸ਼ਿਆ, ਪ੍ਰਕਾਸ਼ ਭਾਵ ਕੇ ਰੋਸ਼ਨੀ, ਨੂਰ, ਗਿਆਨ ਦਾ ਪ੍ਰਕਾਸ਼। ਅਭੈ ਨਿਰੰਜਨ ਕਰੇ ਲਹਾ, ਕਹਿੰਦੇ ਮੈਂ ਦਾਗ ਦੋਸ਼ ਤੋਂ ਰਹਿਤ ਹੋ ਗਿਆ, ਮੇਰੀਆਂ ਭੁੱਲਾਂ ਬਖਸ਼ੀਆਂ ਗਈਆਂ, ਅਭੈ ਪਦਵੀ ਦੀ ਦਾਤ ਪ੍ਰਾਪਤ ਹੋ ਗਈ। ਸਹਿਜ ਸਮਾਇਓ ਗੁਰੇ ਬਤਾਇਓ, ਰੰਗ ਰੰਗੀ ਮੇਰੇ ਤਨ ਕੀ ਚੋਲੀ। ਇਹ ਰੰਗ ਚੜ੍ਹ ਗਿਆ, ਲਾਲ ਰੰਗ ਤਿਸਕੋ ਲੱਗਾ, ਜਿਸਕੇ ਵੱਡ ਭਾਗਾ। ਮਹਿਲਾ ਕਦੇ ਨਾ ਹੋਵਈ ਨਹਿ ਲਾਗੈ ਦਾਗਾ, ਜਾਂ ਕਹੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ। ਸਹਿ ਸਮਾਇਓ ਗੁਰੇ ਬਤਾਇਓ, ਰੰਗ ਰੰਗੀ ਮੇਰੇ ਤਨ ਕੀ ਚੋਲੀ। ਪ੍ਰੈ ਮੁਖ ਲਾਗੋ, ਮਾਲਕ ਦਾ ਮਿਲਾਪ ਹੋਇਆ, ਮਾਲਕ ਦੇ ਆਹਮਣੇ ਸਾਹਮਣੇ ਫੇਸ ਟੂ ਫੇਸ ਗੱਲਬਾਤ ਹੋ ਰਹੀ ਹੈ। ਪ੍ਰੈ ਮੁਖ ਲਾਗੋ ਕਿਹਨਾਂ ਦੀ, ਜਾਉ ਵੱਡ ਭਾਗੋ ਜਿਹੜੇ ਵੱਡ ਭਾਗੇ ਨੇ। ਸੁਹਾਗ ਹਮਾਰੋ ਕਤੋ ਨਾ ਡੋਲੀ, ਮੇਰਾ ਜਿਹੜਾ ਸੁਹਾਗ ਹੈ ਉਹ ਹਮੇਸ਼ਾ ਨਿਹਚਲ ਅਟਲ ਹੈ, ਅਤੇ ਮੈਂ ਉਹਦੇ ਚਰਨਾਂ ਦੇ ਵਿੱਚ ਰਹਿ ਕੇ ਉਹਦੀਆਂ ਰਹਿਮਤਾਂ ਅਤੇ ਬਖਸ਼ਿਸ਼ਾਂ ਦਾ ਪਾਤਰ ਬਣ ਕੇ ਉਹਦੀ ਖੁਸ਼ੀ ਪ੍ਰਾਪਤ ਕਰਨੀ ਹੈ। ਮਿਲ ਸਈਆਂ ਮੰਗਲ ਗਾਵਈ ਗੀਤ ਗੋਬਿੰਦ ਅਲਾਏ। ਮਾਲਕ ਦੇ ਗੁਣ ਗਾਉਂਦੀਆਂ ਨੇ, ਜਿਸ ਤਰ੍ਹਾਂ ਸਵੇਰੇ ਆਸ਼ਾ ਕੀ ਵਾਰ ਦਾ ਕੀਰਤਨ ਹੋਇਆ, ਇਹ ਮਾਲਕ ਦੀ ਸ਼ਿਵਤੋਸ਼ਾ ਲਾਗਾ, ਉਹਦੇ ਗੁਣ ਗਾਏ ਗਏ। ਹਰ ਜਿਹਾ ਅਵਰਨਾ ਦਿਸਈ ਕੋਈ ਦੂਜਾ ਲਵੈ ਨਾ ਲਾਏ। ਮੈਂ ਇਸ ਲਈ ਉਸ ਮਾਲਕ ਦਾ ਲੜ ਪਕੜਿਆ ਕਿਉਂਕਿ ਉਹਦੇ ਵਰਗਾ ਮੈਨੂੰ ਕੋਈ ਹੋਰ ਦਿਖਾਈ ਨਹੀਂ ਦਿੰਦਾ। ਹਰ ਜਿਹਾ ਅਵਰ ਨਾ ਦਿਸਈ ਕੋਈ ਦੂਜਾ ਲਵੈ ਨਾ ਲਾਏ, ਹੋਰ ਦੂਸਰਾ ਮੈਨੂੰ ਬਚਾ ਵੀ ਨਹੀਂ ਸਕਦਾ, ਇਸ ਲਈ ਮੈਂ ਮਾਲਕ ਦੀ ਟੇਕ ਲਈ ਹੈ। ਉਸ ਮਾਲਕ ਨੇ ਫਿਰ ਰਹਿਮਤ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ, ਮੇਰਾ ਲੋਕ ਵੀ ਸਵਾਰ ਦਿੱਤਾ ਅਤੇ ਪਰਲੋਕ ਵੀ ਸਵਾਰ ਦਿੱਤਾ, ਪੇਕਾ ਘਰ ਵੀ ਅਤੇ ਸਹੁਰਾ ਘਰ ਵੀ। ਪੇਕਾ ਘਰ ਹੈ ਜਿਸ ਇਸ ਮਾਤ ਲੋਕ ਦੇ ਅੰਦਰ ਅਸਾਂ ਜਨਮ ਲਿਆ, ਸਹੁਰਾ ਘਰ ਹੈ ਮਾਲਕ ਦਾ ਘਰ। ਮੈਨੂੰ ਇਸ ਲੋਕ ਦੇ ਅੰਦਰ ਵੀ ਸੁੱਖ ਮਿਲਿਆ, ਪਰਲੋਕ ਵਿੱਚ ਵੀ ਮਿਲਿਆ। ਹਲਤ ਪਲਤ ਸਵਾਰਿਓ, ਮਾਲਕ ਨੇ ਸਵਾਰ ਦਿੱਤਾ। ਨਹਿ ਚੱਲ ਦਿੱਤੀਆਂ ਨੇ ਜਾਏ, ਜਾਏ ਕਹਿੰਦੇ ਨੇ ਥਾਂ ਟਿਕਾਣਾ, ਮੈਨੂੰ ਉਹ ਥਾਂ ਟਿਕਾਣਾ ਬਖਸ਼ਿਸ਼ ਕਰ ਦਿੱਤਾ ਜੋ ਨਿਹਚਲ ਹੈ, ਅਚਲ ਹੈ।
ਜਿੱਥੋਂ ਮੈਨੂੰ ਹੁਣ ਕੋਈ ਹਿਲਾ ਨਹੀਂ ਸਕਦਾ, ਮੈਂ ਮਾਲਕ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋ ਗਿਆ। ਸੰਸਾਰ ਸਾਗਰ ਤੇ ਰੱਖੀਐਨ ਬਹੁੜ ਨਾ ਜਨਮੈ ਧਾਇ, ਭਵਜਲ ਤੋਂ ਮੈਨੂੰ ਬਚਾ ਲਿਆ ਡੁੱਬਦੇ ਹੋਏ ਨੂੰ, ਹੱਥ ਦੇ ਕੇ ਮੇਰੀ ਬਾਂਹ ਪਕੜ ਲਈ। ਹੁਣ ਅੱਜ ਤੋਂ ਬਾਅਦ ਨਾ ਬਾਰ ਬਾਰ ਜਨਮ ਲੈਣਾ ਪੈਣਾ ਅਤੇ ਨਾ ਬਾਰ ਬਾਰ ਮਰਨਾ ਪੈਣਾ, ਆਵਾਗਾਉਣ ਤੋਂ ਬਚਾ ਲਿਆ ਮਾਲਕ ਨੇ। ਹੇ ਮੇਰੇ ਮਾਲਕਾ, ਗੁਣਾਂ ਦਾ ਫਲ ਦੇਣ ਵਾਲਿਆ, ਤੇਰੇ ਗੁਣ ਤੇ ਅਨੇਕ ਨੇ, ਬਹੁਤ ਜ਼ਿਆਦਾ ਨੇ, ਮੈਂ ਵਰਣਨ ਵੀ ਨਹੀਂ ਕਰ ਸਕਦਾ। ਜਿਹਵਾ ਏਕ ਅਨੇਕ ਗੁਣ, ਗੁਣ ਤੇਰੇ ਬਹੁਤ ਨੇ, ਜ਼ਬਾਨ ਇੱਕ ਹੈ, ਮੈਂ ਉਹ ਕਿਸ ਤਰ੍ਹਾਂ ਵਰਣਨ ਕਰਾਂ। ਤੇ ਤੂੰ ਕਿਰਪਾ ਕੀਤੀ, ਰਹਿਮਤ ਕੀਤੀ, ਬਖਸ਼ਿਸ਼ ਕੀਤੀ ਕਿ ਮੈਨੂੰ ਆਪਣੇ ਚਰਨਾਂ ਦੇ ਅੰਦਰ ਥਾਂ ਟਿਕਾਣਾ ਦੇ ਦਿੱਤਾ। ਤਰੇ ਨਾਨਕ ਚਰਣੀ ਪਾਏ ਗੁਰੂ ਦੀ ਸ਼ਰਨ ਦੇ ਅੰਦਰ ਆ ਕੇ। ਫਲ ਗੁਣੇ ਨੇ ਤਿਸ ਲਾਹੀਐ, ਨਿਤਾ ਪ੍ਰਤੀ ਉਸ ਮਾਲਕ ਦੀ ਦਿਨ ਰਾਤੀ ਆਰਾ ਦੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਉਸ ਦੀ ਨਿਤਾ ਪ੍ਰਤੀ ਸ਼ਲਾਘਾ ਕਰ, ਸਿਫਤੋ ਸ਼ਲਾਘਾ ਕਰ। ਜਿਸਨੋ ਤਿਲ ਨਾ ਤਮਾਏ, ਉਸਨੂੰ ਇਹ ਜ਼ਰੂਰਤ ਨਹੀਂ ਕਿ ਕੋਈ ਮੇਰੀ ਸਿਫਤ ਕਰੇ, ਉਸਨੂੰ ਤਿਲ ਜਿਤਨੀ ਵੀ ਤਮਾ ਨਹੀਂ, ਇੱਛਾ ਨਹੀਂ ਕਿ ਕੋਈ ਮੇਰੀ ਸਿਫਤ ਕਰੇ। ਜਿਹੜੇ ਨਹੀਂ ਕਰਦੇ ਉਹਨਾਂ ਨੂੰ ਵੀ ਰਿਜਕ ਦੇ ਰਿਹਾ, ਉਹਨਾਂ ਦੀ ਵੀ ਪ੍ਰਤਿਪਾਲਣਾ ਕਰਦਾ ਪਿਆ। ਪਰ ਮੈਂ ਆਪਣੇ ਜੀਵਨ ਦੇ ਅੰਦਰ ਸੁੱਖ ਦੀ ਪ੍ਰਾਪਤੀ ਦੇ ਵਾਸਤੇ, ਆਪਣੇ ਜੀਵਨ ਨੂੰ ਸਫਲ ਕਰਨ ਦੇ ਵਾਸਤੇ, ਮਾਲਕ ਦੀ ਪ੍ਰਸੰਨਤਾ ਲੈਣ ਦੇ ਵਾਸਤੇ ਮੈਂ ਉਹਦੀ ਸਿਫਤੋ ਸ਼ਲਾਘਾ ਕਰਨੀ ਹੈ। ਜੇ ਤੂੰ ਉਹਦੀ ਸਿਫਤੋ ਸ਼ਲਾਘਾ ਇਸ ਢੰਗ ਦੇ ਨਾਲ ਕਰਨ ਲੱਗ ਪਿਆ, ਤੇ ਹੁਣ ਇਹ ਬਾਰਾਂ ਮਹਾਂ ਦਾ ਜੋ ਆਖਰੀ ਸ਼ਬਦ ਹੈ, ਚੌਦਵਾਂ ਸ਼ਬਦ, ਮਹੀਨੇ ਬਾਰਾਂ ਨੇ, ਸ਼ਬਦ ਚੌਦਾਂ ਨੇ। ਪਹਿਲਾਂ ਬੇਨਤੀ ਮੰਗਲਮਈ ਸ਼ਬਦ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਅਤੇ ਇਸ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਉਹਨਾਂ ਗੁਣਾਂ ਦਾ ਫਲ ਦੱਸਿਆ ਜਿਹੜੇ ਬਾਰਾਂ ਮਹੀਨੇ ਦੇ ਅੰਦਰ ਸਾਨੂੰ ਸਿੱਖਿਆ ਦਿੱਤੀ ਗਈ। ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਾਰੇ, ਹਰ ਇੱਕ ਦੇ ਕਾਰਜ, ਸਾਰੇ ਦੇ ਸਾਰੇ ਕਾਰਜ ਸੰਪੂਰਨ ਹੋ ਗਏ। ਹਰ ਗੁਰ ਪੂਰਾਇਆ ਰਾਧਿਆ ਦਰਗਹੇ ਸੱਚ ਖਰੇ, ਹੇ ਨਿਰੰਕਾਰ ਸਖੀ ਇੱਛ ਕਰੀ ਨਿਤ ਸੁਖ ਮਨਾਈ, ਪ੍ਰਭ ਮੇਰੀ ਆਸ ਪੁਜਾਏ। ਚਰਨ ਪਿਆਸੀ ਦਰਸ਼ ਬੈਰਾਗਣ ਪੇਖੋ ਥਾਨ ਸਭਾਏ, ਹਰ ਤਨ ਪਾਇਆ ਸੁਹਾਗਣੀ ਡੋਲਤ ਨਾਹੀ ਚੀਤ, ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ, ਅਕਾਲ ਮੂਰਤ ਵਰ ਪਾਇਆ ਬਨਾਸੀ, ਨਾ ਕਦੇ ਮਰੈ ਨਾ ਜਾਇਆ। ਆਉਂਦਾ ਜਾਂਦਾ ਨਹੀਂ, ਜੰਮਦਾ ਮਰਦਾ ਨਹੀਂ, ਮੈਂ ਉਹਦੇ ਲੜ ਲੱਗ ਗਈ ਹਾਂ, ਉਹਨੇ ਮੇਰੇ 'ਤੇ ਵੀ ਇਹੀ ਕਿਰਪਾ ਕਰ ਦਿੱਤੀ, ਮੈਨੂੰ ਆਵਾਗਾਉਣ ਤੋਂ ਬਚਾ ਲਿਆ। ਸਰਬ ਸੁਖਾਂ ਨੇ ਦੇ ਚਰਨ ਹਰ ਭਉਜਲ ਬਿਖਮ ਤਰੇ, ਪ੍ਰੇਮ ਭਗਤ ਤਿੰਨ ਪਾਈਆ ਬਿਖਿਆ ਨਾ ਜਰੇ। ਮਾਲਕ ਨੇ ਪ੍ਰੇਮਾ ਭਗਤੀ ਦੀ ਦਾਤ ਬਖਸ਼ਿਸ਼ ਕੀਤੀ, ਹੁਣ ਵਿਕਾਰਾਂ ਦੇ ਅੰਦਰ ਮੈਨੂੰ ਸੜਨ ਬਲਣ ਤੋਂ ਬਚਾ ਲਿਆ, ਮੇਰੀ ਰੱਖਿਆ ਕਰ ਦਿੱਤੀ ਮਾਲਕ ਨੇ। ਜੀਵਨ ਦੇ ਵਿੱਚੋਂ ਦੁਬਧਾ ਚਲੀ ਗਈ, ਜੀਵਨ ਦੇ ਵਿੱਚੋਂ ਝੂਠ ਚਲਾ ਗਿਆ, ਕੂੜ ਗਏ ਦੁਬਧਾ ਨਸੀ ਪੂਰਨ ਸੱਚ ਭਰੇ। ਹੁਣ ਅੰਦਰ ਜੋ ਅੰਤਰ ਖੂਹਟਾ ਅੰਮ੍ਰਿਤ ਭਰਿਆ, ਉਹ ਸੱਚ ਦੇ ਨਾਲ ਭਰ ਗਿਆ, ਅੰਮ੍ਰਿਤ ਦੇ ਨਾਲ ਭਰ ਗਿਆ। ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਤਰੇ, ਜਿਨ੍ਹਾਂ ਨੇ ਇੱਕ ਦੀ ਟੇਕ ਲੈ ਲਈ, ਇੱਕ ਓਅੰਕਾਰ ਦਾ ਓਟ ਆਸਰਾ ਲੈ ਲਿਆ, ਉਹ ਬ੍ਰਹਮ ਜਿਸਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਉਸ ਮਾਲਕ ਦੀ ਯਾਦ ਦੇ ਅੰਦਰ ਜੁੜ ਗਏ। ਹੁਣ ਉਹਨਾਂ ਦੇ ਵਾਸਤੇ ਕੋਈ ਦਿਨ ਹੋਵੇ, ਕੋਈ ਮਹੀਨਾ ਹੋਵੇ, ਸਾਰੇ ਹੀ ਉਹਨਾਂ ਦੇ ਵਾਸਤੇ ਸਫਲ ਨੇ। ਮਹਾਂ ਦਿਵਸ ਮੂਰਤ ਭਲੇ, ਸਾਰੇ ਦਿਨ ਉਹਨਾਂ ਦੇ ਵਾਸਤੇ ਚੰਗੇ ਨੇ, ਸਾਰੇ ਮਹੀਨੇ ਉਹਨਾਂ ਦੇ ਵਾਸਤੇ ਚੰਗੇ ਨੇ।
ਕਿਉਂਕਿ ਹੁਣ ਮਾਲਕ ਦੇ ਮੈਂ ਬਣ ਗਿਆ, ਮਾਲਕ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋ ਗਿਆ, ਮਾਲਕ ਨੇ ਕਿਰਪਾ ਕਰ ਦਿੱਤੀ, ਹੁਣ ਮੇਰੇ ਉੱਪਰ ਨਦਰੇ ਰਹਿਮਤ ਕਿਰਪਾ ਦ੍ਰਿਸ਼ਟੀ ਕੀਤੀ ਹੈ। ਜਿਸ ਕਉ ਨਦਰ ਕਰੇ, ਜਿਨ੍ਹਾਂ ਜਿਨ੍ਹਾਂ ਦੇ ਉੱਪਰ ਉਹ ਨਦਰ ਕਰਦਾ ਹੈ, ਜੋ ਜੋ ਵੀ ਉਸਦੀ ਯਾਦ ਦੇ ਅੰਦਰ ਜੁੜਦੇ ਹਨ। ਨਾਨਕ ਮੰਗੈ ਦਰਸਦਾਂ, ਕਿਰਪਾ ਕਰੋ ਹਰੇ, ਇਹ ਮੇਰੇ 'ਤੇ ਕਿਰਪਾ ਕਰੋ। ਹੇ ਵਾਹਿਗੁਰੂ ਜੀ, ਹੇ ਅਕਾਲ ਪੁਰਖ ਜੀ, ਮੈਂ ਤੁਹਾਡੇ ਕੋਲੋਂ ਖੈਰ ਮੰਗਦਾ ਪਿਆਂ, ਦਾਨ ਮੰਗਦਾ ਪਿਆਂ, ਕਿਰਪਾ ਕਰੋ ਕਿ ਮੈਨੂੰ ਆਪਣਾ ਦਰਸ਼ਨ ਦਿਓ। ਨਾਨਕ ਮੰਗੈ ਦਰਸ਼ਦਾਂ, ਇਹ ਦਰਸ਼ਨ ਕਰਨ ਦਾ ਜਿਹੜਾ ਦਾਨ ਮੈਨੂੰ ਬਖਸ਼ਣ ਕਰੋ, ਬਖਸ਼ਿਸ਼ ਕਰੋ, ਮੇਰੀ ਝੋਲੀ ਦੇ ਅੰਦਰ ਪਾਓ, ਤੁਹਾਡੇ ਰਜ ਰਜ ਕੇ ਦਰਸ਼ਨ ਕਰਾਂ। ਕਿਰਪਾ ਕਰੋ ਹਰੇ, ਕਿਰਪਾ ਕਰੋ ਹਰੇ, ਕਿਰਪਾ ਕਰੋ ਹਰੇ, ਕਿਰਪਾ ਕਰੋ ਹਰੇ, ਨਾਨਕ ਮੰਗ ਨਾਨਕ ਮੰਗੈ ਦਰਸਦਾਂ, ਕਿਰਪਾ ਕਰੋ ਹਰੇ, ਕਿਰਪਾ ਕਰੋ ਹਰੇ, ਕਿਰਪਾ ਕਰੋ ਹਰੇ, ਕਿਰਪਾ ਕਰੋ ਹਰੇ। ਸਤਿਗੁਰੂ ਜੀ ਰਹਿਮਤ ਤੇ ਬਖਸ਼ਿਸ਼ ਕਰਨ, ਜੋ ਇਹ ਫੱਗਣ ਦਾ ਮਹੀਨਾ, ਫਲਗੁਣ ਆਨੰਦ ਉਪਾਰ ਜਾਣਾ, ਜੀਵਨ ਦੇ ਅੰਦਰ ਆਨੰਦ ਹੀ ਆਨੰਦ ਪੈਦਾ ਹੋ ਜਾਵੇ, ਖੁਸ਼ੀਆਂ ਅਤੇ ਖੇੜੇ ਪੈਦਾ ਹੋਵਨ। ਅੱਜ ਜੋ ਫੱਗਣ ਦੇ ਮਹੀਨੇ ਦੀ ਆਰੰਭਤਾ ਹੋਈ ਹੈ, ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ, ਸਤਿਗੁਰੂ ਰਹਿਮਤਾਂ ਕਰੋ, ਬਖਸ਼ਿਸ਼ਾਂ ਕਰੋ, ਕਿਰਪਾ ਕਰੋ, ਆਉਣ ਵਾਲੇ ਦਿਨ ਸੋਹਣੇ ਸੁਹਾਵਣੇ ਖੁਸ਼ੀਆਂ ਅਤੇ ਖੇੜਿਆਂ ਦੇ ਨਾਲ ਬਤੀਤ ਹੋਵਨ। ਸਾਡੀ ਸਾਰਿਆਂ ਦੀ ਸਤਿਗੁਰੂ ਦੇ ਚਰਨਾਂ ਦੇ ਨਾਲ ਪ੍ਰੀਤੀ ਬਣ ਆਵੇ, ਸਿੱਖੀ ਕਮਾ ਸਕੀਏ, ਸਤਿਗੁਰੂ ਜੀ ਦੀ ਰਹਿਮਤ ਅਤੇ ਬਖਸ਼ਿਸ਼ ਦੇ ਪਾਤਰ ਬਣ ਸਕੀਏ। ਭੁੱਲਾਂ ਚੁੱਕਾਂ ਖਿਮਾ, ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।